ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ ਦੇ ਨਾਲ ਸੇਵ ਗੁਰਦੁਆਰਾਜ਼ ਐਂਡ ਟੈਂਪਲ ਆਫ ਪਾਕਿਸਤਾਨ ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ ਪੰਜਾਬ ਪੇਜ ਯੇ ਹੈ ਮੇਰਾ ਪਾਕਿਸਤਾਨ ਹਮਾਰੇ ਖਾਨੇ ਹਮਾਰੀ ਪਹਿਚਾਨ ਦੀ ਹੈਰੀਟੇਜ ਆਫ ਪਾਕਿਸਤਾਨ ਦੇ ਨਾਲ ਮੈਂ ਤਮਾਮ ਪੇਜਿਸ ਨਾਲ ਤੁਹਾਡਾ ਆਪਣਾ ਹੋਸਟ ਬਾਬਾ ਜੀ ਗੱਲ ਸੀ ਹੋ ਰਹੀ ਸੀ ਉਸਮਾਨ ਖੱਟਰ ਉਸਮਾਨ ਖੱਟਰ ਜਿਹੜਾ ਕਿ ਸਿੱਖਾਂ ਔਰ ਹਿੰਦੂਆਂ ਦਾ ਇੱਕ ਬਹੁਤ ਵੱਡਾ ਪਿੰਡ ਸੀ ਜਿਹਦੇ ਵਿੱਚ ਦੋ ਕਿਸਮ ਦੀਆਂ ਨੇਸ਼ਨਸ ਜ਼ਿਆਦਾ ਰਹਿੰਦੀਆਂ ਸਨ ਯਾਨੀ ਕਿ 60% ਜਿਹੜੇ ਸਨ ਸਿੱਖ ਸਨ 20% ਹਿੰਦੂ ਸਨ ਔਰ 20% ਜਿਹੜੇ ਮੁਸਲਮਾਨ ਸਨ ਅਤੇ ਕੁਝ ਲੋਕ ਮੇਰੀਆਂ ਗੱਲ ਤੋਂ ਇਤਫਾਕ ਨਹੀਂ ਕਰਦੇ ਮੈਂ ਜਦੋਂ ਉਹਨਾਂ ਨੂੰ ਛੋਟੇ ਗੁਰਦੁਆਰੇ ਜਾਂ ਪਾਕਿਸਤਾਨ ਦੇ ਅੰਦਰ ਜਿਹੜੀਆਂ ਛੋਟੀਆਂ ਗੁਰਦੁਆਰੀਆਂ ਨੇ ਇਨਸ਼ੈਂਟ ਜਿਹੜੇ ਗੁਰਦੁਆਰੇ ਨੇ ਕਿਉਂਕਿ ਧਰਮ ਅਗਰ ਦੇਖਿਆ ਜਾਏ ਸਿੱਖੀ ਤਾਂ ਉਹ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਦੀ ਪੈਦਾਇਸ਼ ਹੁੰਦੀ ਹੈ ਅਗਰ ਦੇਖਿਆ ਜਾਏ ਤਾਂ ਸਿੱਖੀ ਦਾ ਜਨਮ ਵੀ ਇੱਥੋਂ ਹੀ ਹੁੰਦਾ ਅਤੇ ਇਸ ਲਈ ਅਗਰ ਇੱਥੇ ਕੋਈ ਮੈਂ ਅਗਰ ਤੁਹਾਨੂੰ ਚੀਜ਼ ਐਸੀ ਦਿਖਾਉਣਾ ਵਾਂ ਕਿ ਵੀ ਇਹ ਜਿਸ ਤਰ੍ਹਾਂ ਉਹ ਸਾਹਮਣੇ ਸਥਾਨ ਨਜ਼ਰ ਆ ਰਿਹਾ ਇਹ ਸਥਾਨ ਜਿਹੜਾ ਇਸ ਪਿੰਡ ਦਾ ਛੋਟਾ ਗੁਰਦੁਆਰਾ ਸੀ ਯਾਨੀ ਕਿ ਇੱਥੇ ਦੀ ਜਿਹੜੀ ਨੇਸ਼ਨ ਹੈ ਉਹਨਾਂ ਨੇ ਇਹ ਬਣਾਇਆ ਸੀ ਇਸ ਤੋਂ ਪਹਿਲੇ ਮੈਂ ਖੂਹ ਖਤਰੀਆਂ ਵਾਲਾ ਮੰਦਰ ਦਿਖਾ ਚੁੱਕਿਆ ਵਾਂ ਤੇਰੀ ਮੂਰਤੀ ਮੰਦਰ ਦਿਖਾ ਚੁੱਕਿਆ ਵਾਂ ਲੇਕਿਨ ਮੇਰੀ ਗੱਲ ਤੋਂ ਲੋਕ ਇਤਫਾਕ ਨਹੀਂ ਕਰਦੇ ਆਓ ਸਰ ਮੇਰੀ ਗੱਲ ਤੋਂ ਇਤਫਾਕ ਨਹੀਂ ਕਰਦੇ ਕਿਉਂਕਿ ਮੈਂ ਪਹਿਲੇ ਵੀ ਦੋ ਤਿੰਨ ਮਰਤਬਾ ਜਿਹੜਾ ਨਾ ਸਤਿਗੁਰੇ ਦਾ ਨਾਮ ਲਿਆ ਅਤੇ ਕਾਫੀ ਲੋਕਾਂ ਨੇ ਉਹਦੇ 'ਤੇ ਭੁਚਾਲ ਜਿਹਾ ਆ ਗਿਆ ਕਿ ਵੀ ਸਤਿਗੁਰਾਂ ਦਾ ਨਾਮ ਤਾਂ ਹੈ ਹੀ ਨਹੀਂ ਹੈ ਜੀ ਸਤਿਗੁਰਾਂ ਤਾਂ ਸਿੱਖੀ ਦੇ 'ਚ ਹੈ ਹੀ ਕੋਈ ਚੀਜ਼ ਨਹੀਂ ਹੈ ਲੇਕਿਨ ਇਸ ਤਰ੍ਹਾਂ ਨਹੀਂ ਹੈ ਇਸ ਤਰ੍ਹਾਂ ਨਹੀਂ ਹੈ ਜੀ ਇਹ ਚੀਜ਼ ਹੈ ਮੌਜੂਦਾ ਐਗਜ਼ਿਸਟ ਕਰਦੀਆਂ ਨੇ ਮੇਰੇ ਕੋਲ 25 ਕਮ ਅਜ਼ ਕਮ ਪਿਕਚਰਸ ਨੇ ਔਰ ਮੇਰੇ ਕੋਲ ਰਿਕਾਰਡ ਹੈ ਉਹਨਾਂ ਦਾ ਕਿ ਇਹ ਸਿੱਖਾਂ ਦੇ ਬਣਾਏ ਹੋਏ ਨੇ ਅਗਰ ਇਹ ਗੁਰਦੁਆਰੇ ਨਹੀਂ ਹੈ ਤਾਂ ਕੀ ਗੱਲ ਹੈ ਫਿਰ ਸਿੱਖ ਮੰਦਰ ਬਣਾਉਂਦੇ ਸਨ ਐਸਾ ਨਹੀਂ ਹੈ ਇਹ ਗੁਰਦੁਆਰੇ ਦੀ ਇਨਸ਼ੀਅੰਟ ਜਿਹੜੀ ਸ਼ੇਪ ਹੈ ਉਹ ਸ਼ੇਪ ਹੈ ਜਦੋਂ ਪ੍ਰੋਪਰ ਤੌਰ ਦੇ ਉੱਤੇ ਗੁਰਦੁਆਰੇ ਨਹੀਂ ਸੀ ਬਣਾਏ ਜਾਂਦੇ ਛੋਟੇ ਗੁਰਦੁਆਰੇ ਹੁੰਦੇ ਸਨ ਹੁਣ ਇਹ ਗੁਰਦੁਆਰੇ ਸਰ ਦਰ ਗਿਆ ਜੋ ਇਹ ਉਹ ਗੁਰਦੁਆਰੇ ਨੇ ਜਿਹਨੇ ਜਿਹੜੇ ਕਿ ਮੁਗਲੀਆ ਦੌਰ ਦੇ ਇਨਸ਼ੀਅੰਟ ਬਿਲਕੁਲ ਗੁਰਦੁਆਰੇ ਨੇ ਮੈਨੂੰ ਕੋਈ ਦੱਸ ਸਕਦਾ ਕਿ ਹਿੰਦੁਸਤਾਨ ਦੇ ਵਿੱਚ ਕੋਈ ਇਨਸ਼ੀਅੰਟ ਗੁਰਦੁਆਰਾ ਇਹੋ ਜਿਹਾ ਹਾਲੇ ਤੱਕ ਹੈ ਵੇ ਜਿਹੜਾ ਮੁਗਲੀਆ ਦੌਰ ਦਾ ਹੋਵੇ ਕੋਈ ਬੰਦਾ ਇੱਕ ਮੈਨੂੰ ਦੱਸੇ ਕੋਈ ਇੰਨਾ ਮਤਲਬ ਕਿ ਅਗਰ ਬਹੁਤ ਜ਼ਿਆਦਾ ਸਾਰੇ ਲੋਕਾਂ ਦੇ ਮੇਰੇ 'ਤੇ ਕੁਸਚਨ ਆਉਂਦੇ ਨੇ ਜਾਂ ਸਵਾਲ ਕਰਦੇ ਨੇ ਮੈਨੂੰ ਇਹ ਦੱਸੋ ਨਾ ਤੁਸੀਂ ਕਿ ਪਾਕਿਸਤਾਨ ਦੇ ਵਿੱਚ ਤੁਸੀਂ ਦੱਸੋ ਮੁਗਲੀਆ ਦੌਰ ਦਾ ਗੁਰਦੁਆਰਾ ਕਿਹੜਾ ਹੈ ਅਗਰ ਜਿਹੜਾ ਵੀ ਗੁਰਦੁਆਰਾ ਤੁਸੀਂ ਚੁੱਕਦੇ ਹੋ ਉਹਦੀ ਹਿਸਟਰੀ ਚੁੱਕ ਕੇ ਦੇਖੋ ਤੁਸੀਂ ਉਹ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਵੀ ਇਹ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਨੇ ਸੱਤ ਗੁਰਦੁਆਰੇ ਤੁਸੀਂ ਦੇਖੋ ਨਨਕਾਣਾ ਸਾਹਿਬ ਦੇ ਨੇ ਅਤੇ ਸੱਤੋਂ ਦੇ ਸੱਤੋਂ ਜਿਹੜੇ ਨੇ ਉਹ ਸਿੱਖ ਰਾਜ ਦੇ ਵਿੱਚ ਬਣੇ ਨੇ ਉਸ ਤੋਂ ਪਹਿਲਾਂ ਕੀ ਗੱਲ ਹੈ ਫਿਰ ਸਿੱਖੀ ਨੇ ਕੀ ਗੱਲ ਹੈ ਗੁਰਦੁਆਰੇ ਨਹੀਂ ਸਨ ਹੁੰਦੇ ਗੁਰਦੁਆਰੇ ਹੈ ਸਨ ਛੋਟੇ ਗੁਰਦੁਆਰੇ ਸਨ ਅਸਥਾਨ ਛੋਟੇ ਸਨ ਫਿਰ ਸੁਧਾਰ ਲਹਿਰ ਤੋਂ ਬਾਅਦ ਗੁਰਦੁਆਰੇ ਦੀ ਸ਼ੇਪ ਹੀ ਬਿਲਕੁਲ ਚੇਂਜ ਹੋ ਗਈ ਹੈ ਔਰ ਬਿਲਕੁਲ ਜਿਹੜਾ ਉਹਨੂੰ ਜਿਹੜਾ ਚੇਂਜ ਕਰ ਦਿੱਤਾ ਗਿਆ ਅਤੇ ਇਸ ਵਾਸਤੇ ਜਨਾਬ ਜਿਹਦੀ ਕੋਈ ਰਿਸਰਚ ਹੁੰਦੀ ਹੈ ਉਹਨੂੰ ਇਨਸਾਨ ਨੂੰ ਦੇਖਣਾ ਚਾਹੀਦਾ ਆਖਰ ਇੱਕ ਬੰਦਾ ਇੱਕ ਇੰਨੀ ਮਿਹਨਤ ਕਰਦਾ ਕਿ ਉਹਦੇ ਪਿੱਛੇ ਸੱਚ ਔਰ ਝੂਠ ਦਾ ਨਿਤਾਰਾ ਤੁਸੀਂ ਖੁਦ ਕਰਨਾ ਮੈਂ ਤੁਹਾਨੂੰ ਲਾਗੇ ਲਿਜਾ ਕੇ ਦਿਖਾਉਣਾ ਆਓ ਸਰ ਇਹ ਉਹ ਸਥਾਨ ਹੈ ਸ਼ਾਹ ਜੀ ਦਿਖਾਉਂਦੇ ਜਾਓ ਨਾਲ ਨਾ ਅੱਗੇ ਆਉਂਦੇ ਜਾਓ ਮੈਂ ਪੂਰੇ ਪ੍ਰਾਇਮਰੀ ਸੋਰਸਿਸ ਦਿਖਾਉਣਾ ਵਾਂ ਫਿਰ ਗੱਲ ਕਰਨਾ ਵਾਂ ਜਿਹੜਾ ਬੰਦਾ ਪ੍ਰਾਇਮਰੀ ਸੋਰਸਿਸ ਦੇ ਮੁਤਲਕ ਗੱਲ ਕਰ ਸਮਝਦਾ ਉਹ ਮੇਰੇ ਨਾਲ ਬਹਿਸ ਕਰੇ ਜਿਸ ਬੰਦੇ ਨੂੰ ਪ੍ਰਾਇਮਰੀ ਸੋਰਸਿਸ ਦਾ ਨਹੀਂ ਪਤਾ ਕਿ ਵੀ ਗੁਰਦੁਆਰੇ ਇੰਸ਼ੀਅੰਟ ਸ਼ੇਪ ਕਿਹੜੀ ਸੀ ਉਹ ਬੰਦਾ ਗੱਲ ਨਾ ਕਰੇ ਕਿਉਂਕਿ ਟੋਪਿਕ ਵਾਈਜ਼ ਕੋਈ ਲੋਕ ਦੇਖ ਕੇ ਕਹਿ ਦਿੰਦੇ ਨਹੀਂ ਜੀ ਇਹ ਤਾਂ ਮੰਦਿਰ ਹੈ ਇਹ ਤਾਂ ਕਿਸੇ ਪਾਸੋਂ ਜਿਹੜਾ ਇਹਨਾਂ ਗੁਰਦੁਆਰਾ ਨਹੀਂ ਨਜ਼ਰ ਆਉਂਦਾ ਇਹ ਪੱਥਰ ਦਿਖਾਓ ਇਹ ਲੰਗਰ ਹਾਲ ਦੀਆਂ ਬੁਨਿਆਦਾਂ ਨੇ ਅੱਗੇ ਆਓ ਸ਼ਾਹ ਜੀ ਮੁਕੰਮਲ ਨਜ਼ਰ ਆ ਰਿਹਾ ਆ ਜਾਓ
ਜੀ ਆਉਂਦੇ ਜਾਓ ਨਾ ਤੁਸੀਂ ਦੇਖੋ ਇਹ ਜਿਹੜਾ ਚੁਰਸਤਾ ਇਹ ਰਸਤਾ ਜਿਹੜਾ ਬਣਿਆ ਇਹਦੇ ਚਾਰੋਂ ਪਾਸੇ ਇਹ ਚਾਰ ਰਸਤੇ ਸਨ ਚਾਰ ਰਸਤੇ ਬਣੇ ਹੁੰਦੇ ਸਨ ਇਹ ਤੁਸੀਂ ਪੂਰੀ ਤਰਜ਼ੇ ਤਾਮੀਰ ਦੇਖ ਲਓ ਤੁਸੀਂ ਕਿ ਮੁਗਲਾਈ ਹੈ ਇਹ ਮੁਗਲਾਈ ਆਰਟ ਹੈ ਔਰ ਉਸ ਦੌਰ ਦਾ ਹੀ ਹੈ ਇਹ ਦੇਖੋ ਸ਼ਾਹ ਜੀ ਤੁਸੀਂ ਇਹ ਮੁਗਲੀਆ ਦੌਰ ਦਾ ਦੇਖੋ ਆਰਕੀਟੈਕਚਰ ਹੈ ਇਹ ਤੁਸੀਂ ਵੇਖੋ ਇਹ ਫੋਰਟ ਦੀ ਸ਼ੇਪ ਦੇ ਵਿੱਚ ਇਹ ਚਾਰੋਂ ਪਾਸੇ ਜਿਹੜਾ ਸੀ ਇਹ ਆਰਚਿਜ਼ ਬਣੀਆਂ ਹੋਈਆਂ ਸਨ ਇਹਦੇ ਚਾਰ ਪਾਸੇ ਜਿਹੜਾ ਗੁਰਦੁਆਰੇ ਦਾ ਕੌਨਸੈਪਟ ਸੀ ਉਸ ਵੇਲੇ ਵੀ ਚਾਰ ਆਇਆ ਸਨ ਇਸ ਪਾਸੇ ਵੀ ਇਹ ਸੀ ਇਹ ਜਗ੍ਹਾ ਇਸ ਪਾਸੇ ਵੀ ਸੀ ਇਹ ਚਾਰੋਂ ਪਾਸੇ ਜਿਹੜੇ ਸੀ ਇਹਦੇ ਦਰਵਾਜ਼ੇ ਸਨ ਔਰ ਇਹਨਾਂ ਦੇ ਉੱਤੇ ਜਿਹੜੇ ਬਜ਼ੁਰਗ ਇੱਥੇ ਸਨ ਪੁਰਾਣੇ ਉਹਨਾਂ ਨੇ ਦੱਸਿਆ ਜੀ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਇਸ ਜਗ੍ਹਾ ਦੇ ਉੱਤੇ ਜਿਹੜਾ ਸੀ ਪੂਰਾ ਸਿੱਖ ਆਰਟ ਬਣਿਆ ਹੋਇਆ ਸੀ ਇੱਥੇ ਤਮਾਮ ਗੁਰੂਆਂ ਦੀਆਂ ਤਸਵੀਰਾਂ ਸਨ ਇਹ ਬਹੁਤ ਮਜ਼ਬੂਤ ਆਰਕੀਟੈਕਚਰ ਹੈ ਸਦੀਆਂ ਗੁਜ਼ਰਨ ਤੋਂ ਬਾਅਦ ਵੀ ਇੱਕ ਪਾਸੇ ਨਾ ਚੁੱਕਿਆ ਨਾ ਟੱਕਿਆ ਕਿਸੇ ਪਾਸੋਂ ਨਹੀਂ ਹੈ ਕਿ ਇਹ ਹਿੱਲਿਆ ਵੀ ਹੋਵੇ ਇੱਕ ਪਾਸੋਂ ਸ਼ਾਇਦ ਨੂੰ ਸੁਰਾਖ ਕੀਤਾ ਗਿਆ ਸੀ ਬੰਦ ਕੀਤਾ ਇਹ ਐਂਸ਼ੀਅੰਟ ਪਾਕਿਸਤਾਨ ਦੇ ਅੰਦਰ ਜਿਹੜੇ ਬਿਲਕੁਲ ਸਟਾਰਟ ਦੇ ਵਿੱਚ ਗੁਰਦੁਆਰੇ ਸਨ ਇਹ ਚਾਰੋਂ ਪਾਸੇ ਤੁਸੀਂ ਦੇਖੋ ਹਲੇ ਵੀ ਏਕੜਾਂ ਦੇ ਵਿੱਚ ਲੈਂਡ ਖਾਲੀ ਪਈ ਹੋਈ ਹੈ ਇਹ ਉਹੀ ਜਗ੍ਹਾ ਹੈ ਇਹ ਉਹੀ ਸਥਾਨ ਹੈ ਕਿਉਂਕਿ ਮੰਦਰ ਦੇ ਨਾਲ ਤਾਂ ਬਹੁਤ ਕਮ ਜਗ੍ਹਾ ਹੁੰਦੀ ਹੈ ਇਹ ਗੁਰਦੁਆਰੇ ਦੇ ਨਾਮ ਦੇ ਉੱਤੇ ਹਮੇਸ਼ਾ ਦੁਕਾਨਾਂ ਜ਼ਮੀਨਾਂ ਇਹ ਦੇਖੋ ਇਹ ਦੀਵਾਰ ਜਿਹੜੀ ਅੱਗੇ ਐਗਜ਼ਿਸਟ ਕਰ ਰਹੀ ਸੀ ਇਹ ਉਹਦੇ ਨਿਸ਼ਾਨਾਤ ਨੇ ਗੱਲ ਹੋ ਰਹੀ ਸੀ ਐਂਸ਼ੀਅੰਟ ਸਤਿਗੁਰਿਆਂ ਦੀ ਇਹ ਉਹੀ ਤਰੀਕਾਕਾਰ ਇਹਨਾਂ ਦਾ ਉਹ ਦੇਖੋ ਤੁਸੀਂ ਇਹਦੇ ਅੰਦਰ 8 ਬਾਰੀਆਂ ਬਣੀਆਂ ਨੇ ਪੂਰੀਆਂ ਇੱਕ ਸਥਾਨ ਨਹੀਂ ਹੈ ਅਗਰ ਕੋਈ ਇੱਕ ਸਥਾਨ ਹੁੰਦਾ ਸਰਕੁੰਡੀ ਲਾ ਦੇਣਾ ਅਗਰ ਇਹਦੇ ਅੰਦਰ ਇੱਕ ਸਥਾਨ ਹੁੰਦਾ ਠੀਕ ਹੈ ਜੀ ਮੈਨੂੰ ਤੁਸੀਂ ਦੱਸੋ ਮੈਂ ਜਿੰਨੇ ਵੀ ਮੰਦਰ ਤੁਹਾਨੂੰ ਦਿਖਾਏ ਨੇ ਉਹਨਾਂ ਦੇ ਤਮਾਮ ਦੇ ਵਿੱਚ ਇੱਕ ਮੂਰਤੀ ਸਥਾਨ ਹੈ ਜਾਂ 3 ਮੂਰਤੀ ਸਥਾਨ ਹੈ ਕੋਈ ਮੈਨੂੰ ਅੱਜ ਤੱਕ ਮੰਦਰ ਐਸਾ ਸਾਬਤ ਕਰ ਦਿਓ ਜਿਹਦੇ 'ਚ 7 ਮੂਰਤੀ ਸਥਾਨ ਹੋਵੇ ਔਰ 8ਵੀਂ ਜਗ੍ਹਾ 'ਤੇ ਦਰਵਾਜ਼ਾ ਹੋਵੇ ਐਸਾ ਨਹੀਂ ਹੈ ਤਾਰੀਖ ਜਿਹੜੀ ਹੈ ਬਹੁਤ ਕੁਛ ਦੱਸਦੀ ਹੈ ਲੇਕਿਨ ਜਿਹੜੀ ਹੈ ਅਸੀਂ ਉਸ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਹੁੰਦੇ ਇਹ ਲੰਗਰ ਹਾਲ ਸੀ ਇੱਥੇ ਦਾ ਇਸ ਇੰਨੀਆਂ ਨੇ ਪੂਰੀਆਂ ਨਹੀਂ ਹੈ ਤਾਂ ਦੇਖ ਲਓ ਤੁਸੀਂ ਸਟੋਨ ਦੇ ਪੂਰੇ ਸਟਰਕਚਰ ਨੇ ਚਾਰੋਂ ਪਾਸੇ ਬਣੇ ਹੋਏ ਆਖਰ ਇਹ ਕੁਝ ਨਾ ਕੁਝ ਹੈ ਸੀ ਨਾ ਐਵੇਂ ਤਾਂ ਨਹੀਂ ਹੈ ਆਬਾਦੀ ਤੁਸੀਂ ਅੱਜ ਵੀ ਦੇਖੋ ਇਸ ਬਾਗ ਤੋਂ ਕਿੰਨੀ ਦੂਰ ਹੈ ਇਹ ਚਾਰੋਂ ਪਾਸੇ ਦੇਖੋ ਤੁਸੀਂ ਔਰ ਇਹ ਰਸਤਾ ਆਉਂਦਾ ਸੀ ਪਹਿਲੇ ਵੀ ਇਹ ਆ ਰਿਹਾ ਔਰ ਇਹ ਰਸਤਾ ਦੇਖੋ ਅੱਜ ਵੀ ਉਹੀ ਰਸਤਾ ਯੂਜ਼ ਹੋ ਰਿਹਾ ਆਲੂ ਦੀ ਫਸਲ ਤਿਆਰ ਹੈ ਉਸ ਤੋਂ ਅੱਗੇ ਗੰਦਮ ਲੱਗੀ ਹੈ ਲਾਲਾ ਇਹ ਅਭੀ ਜਗ੍ਹਾ ਕਿਸ ਕੇ ਪਾਸ ਹੈ ਸ਼ੇਰ ਖਾਨ ਹਾਂਜੀ ਕੌਣ ਸੇ ਹਾਜੀ ਸਰ ਇਹ ਟੋਟਲ ਕਿਤਨੀ ਜਗ੍ਹਾ ਅਭੀ 130 ਕਨਾਲ ਇਹ ਅਬਾਈ ਰਕਬਾ ਤੋਂ ਨਹੀਂ ਥਾ ਪਤਾ ਚੱਲਾ ਮੁਝੇ ਇਹ ਵੀ ਕਿਉ ਟਰਸਟ ਕਾ ਰਕਬਾ ਵੋ ਜੋ ਹਿੰਦੂ ਪ੍ਰਾਪਰਟੀ ਥੀ ਪ੍ਰਾਪਰਟੀ ਜੋ ਹੈ ਨਾ ਵੋ ਮਤਲਬ ਕਿ ਇਹ ਅਭੀ ਤੱਕ ਜੋ ਹੈ ਵੋ ਕਹਿ ਰਹੇ ਕਿ ਇਹ ਇੱਕ ਬੰਦਾ ਜੋ ਹੈ ਯਹਾਂ ਪਰ ਵੇਚ ਕੇ ਗਿਆ ਥਾ ਲੇਕਿਨ ਖੈਰ ਗੱਲਾਂ ਦੀਆਂ ਗੱਲਾਂ ਨੇ ਗੱਲਾਂ ਕੀਤੀਆਂ ਖਤਮ ਨਹੀਂ ਹੁੰਦੀਆਂ ਲੇਕਿਨ ਇਹ ਤੁਸੀਂ ਦੇਖੋ ਇਹ ਕਿਸੇ ਸੂਰਤ ਵੀ ਮੰਦਰ ਨਹੀਂ ਹੈ ਕੋਈ ਆਵੇ ਮੇਰੇ ਨਾਲ ਬੈਠੇ ਔਰ ਮੇਰੇ ਨਾਲ ਮੁਨਾਜ਼ਰਾ ਕਰੇ ਇਸ ਗੱਲ ਦੇ ਉੱਤੇ ਮੈਂ ਤਿਆਰ ਹਾਂ
ancient Gurdwara belong to Sher Shah Suri period, village Usman Khattar, very close to Taxilla in the way of Panja Sahib shortcut. Main toda apna host Baba ji, dekhte rahe wo. Save historical places of the Pakistan, save Gurdwaras and temples of Pakistan, Sikh period footsteps in Pakistan. ਮੈਂ ਤਮਾਮ ਪੇਜਿਸ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਗੱਲ ਮੈਨੂੰ ਸਮਝ ਨਹੀਂ ਆਉਂਦੀ ਬਹੁਤ ਮੁਸ਼ਕਿਲ ਹੈ ਲੋਕਾਂ ਨੂੰ ਸਮਝਾਉਣਾ ਜੋ ਲੋਕ ਬਹਿਸ ਕਰਦੇ ਨੇ ਜਾਂ ਜਿਨ੍ਹਾਂ ਨੂੰ ਰਿਸਰਚ ਦੇ ਉੱਤੇ ਸ਼ੱਕ ਹੁੰਦਾ ਉਹ ਲੋਕ ਖੁਦ ਤਾਂ ਆਉਂਦੇ ਨਹੀਂ ਲੇਕਿਨ ਗੱਲਾਂ ਬਹੁਤ ਆਰਾਮ ਨਾਲ ਬੈਠ ਕੇ ਕਾਰ ਔਫਿਸ ਔਰ ਡਰਾਇੰਗ ਰੂਮ ਦੇ ਵਿੱਚ ਬੈਠ ਕੇ ਕੰਪਿਊਟਰ ਦੇ ਉੱਤੇ ਗੱਲਾਂ ਕਰਨੀਆਂ ਬਹੁਤ ਆਸਾਨ ਨੇ ਘਰੋਂ ਬਾਹਰ ਨਿਕਲੇ ਬੰਦਾ ਰਿਸਰਚ ਵਾਸਤੇ ਨਿਕਲੇ ਫਿਰ ਇਹ ਚੀਜ਼ਾਂ ਦਾ ਪਤਾ ਲੱਗਦਾ ਕਿ ਖਰਾ ਸੱਚ ਕੀ ਹੈ ਖਾਲੀ ਸ਼ੇਪ ਔਰ ਚੀਜ਼ ਦਾ ਡਿਜ਼ਾਇਨ ਦੇਖ ਕੇ ਉਹਨੂੰ ਡਿਕਲੇਅਰ ਨਹੀਂ ਕੀਤਾ ਜਾ ਸਕਦਾ ਕਿ ਇਹ ਕੀ ਹੈ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਐਂਸ਼ੀਅੰਟ ਗੁਰਦੁਆਰਾ ਔਰ ਸਤਿਗੁਰਾ save historical places of Pakistan, save Gurdwaras and temples of Pakistan, Sikh period footsteps in Pakistan, ye hai mera Pakistan aur tuhada apna pyara group pyara nankana sahab tamam pages aur group de naal main hazir ha main tuhada apna baba ji dekhte rahe wo save historical places of Pakistan.